ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਅਪੀਲ ਹੈ ਸਰਦਾਰ ਸਿਮਰਜੀਤ ਸਿੰਘ ਬੈਂਸ ਵੀਰੇ ਆਪ ਜੀ ਨੂੰ, ਹੱਥ ਜੋੜ ਕੇ ਬੇਨਤੀ ਹੈ, ਲਾ ਦਿਓ ਪੂਰਾ ਜ਼ੋਰ ਇਹਨਾਂ ਇਲੈਕਸ਼ਨਾਂ 'ਚ। ਆਹ ਐਮ ਪੀ ਦੀਆਂ ਇਲੈਕਸ਼ਨਾਂ ਸਿਰਫ ਤੁਹਾਡੇ ਲਈ ਜਿੱਤਣੀ ਜ਼ਰੂਰੀ ਨਹੀਂ ਹੈ, ਲੁਧਿਆਣੇ ਦੇ ਹਰ ਉਸ ਵਾਸੀ ਲਈ ਜ਼ਰੂਰੀ ਹੈ, ਜਿਹੜਾ ਉਹ ਗਰੀਬ ਲਈ ਜ਼ਰੂਰੀ ਹੈ, ਉਸ ਗਰੀਬ ਮਰੀਜ਼ ਲਈ ਜ਼ਰੂਰੀ ਹੈ, ਉਹਦੇ ਅਟੈਂਡੈਂਟ ਲਈ ਜ਼ਰੂਰੀ ਹੈ ਕਿ ਜਿਹੜਾ ਕਿ ਧੱਕੇ ਖਾ ਰਿਹਾ ਸਰਕਾਰੀ ਹਸਪਤਾਲਾਂ ਦੇ 'ਚ, ਜਿੱਥੇ ਕੋਈ ਇਲਾਜ ਨਹੀਂ, ਕੋਈ ਦਵਾਈਆਂ ਨਹੀਂ, ਬੁਰਾ ਹਾਲ ਹੈ ਉਸ ਸ਼ਹਿਰ 'ਚ, ਉਸ ਲੁਧਿਆਣੇ ਸ਼ਹਿਰ ਦੇ ਵਿੱਚ ਜਿੱਥੇ 50 ਲੱਖ ਤੋਂ ਵੱਧ ਦੀ ਆਬਾਦੀ ਹੈ। ਅਤੇ ਆਪ ਜੀ ਨੂੰ ਪਤਾ ਹੈ, ਭਲੀ ਭਾਂਤ ਜਾਣੂ ਹੋ ਆਪ, ਵੀ ਇੱਕ ਸਰਕਾਰੀ ਹਸਪਤਾਲ ਗਰੀਬਾਂ ਲਈ, ਅਤੇ ਉਹ ਵੀ ਸਿਰਫ ਅਤੇ ਸਿਰਫ ਪ੍ਰਾਇਮਰੀ ਸੈਂਟਰ ਹੈ, ਜਿੱਥੋਂ ਸਿਰਫ ਪੀ ਜੀ ਆਈ ਅਤੇ ਪਟਿਆਲੇ ਮਰੀਜ਼ ਭੇਜੇ ਜਾ ਰਹੇ ਹਨ। ਬਹੁਤ ਜ਼ਰੂਰੀ ਹੈ ਆਪ ਜੀ ਦਾ ਜਿੱਤਣਾ ਮੇਰੇ ਵੀਰ, ਬਹੁਤ ਜ਼ਰੂਰੀ ਹੈ, ਜ਼ਰੂਰੀ ਹੈ ਹਰ ਉਸ ਬੰਦੇ ਦੇ ਲਈ ਜਿਹੜਾ ਰੋਜ਼ ਪਿਛਲੇ 10 ਸਾਲਾਂ ਤੋਂ ਰੋਜ਼ ਘੰਟਾ ਡੇਢ ਘੰਟਾ ਟ੍ਰੈਫਿਕ ਜਾਮ 'ਚ ਫਸਦਾ ਹੈ, ਸ਼ੇਰਪੁਰ ਚੌਂਕ ਵਿਖੇ, ਜੀ ਟੀ ਰੋਡ ਵਿਖੇ, ਜੋਧੇਵਾਲ ਬਸਤੀ ਕੋਲ, ਰਾਹੋਂ ਰੋਡ ਕੋਲ, ਆ ਜਿਹੜੇ ਬਾਈਪਾਸਾਂ 'ਚ ਫਸਾ ਕੇ ਰੱਖਿਆ ਪਿਛਲੇ 10 ਸਾਲਾਂ ਤੋਂ, ਇਹ ਇੱਕ ਨਿਕੰਮੇਪਣ ਦਾ ਸਬੂਤ ਹੈ। ਜਿਹੜੇ ਪਿਛਲੇ ਜਿਹੜੇ 10 ਸਾਲਾਂ ਤੋਂ ਜਿਹੜੇ ਕਾਂਗਰਸੀ ਐਮ ਪੀ ਰਹੇ ਹਨ, ਉਹ ਵਿਚਾਰੇ ਹੀ ਹਨ, ਮੈਂ ਵਿਚਾਰੇ ਹੀ ਕਹਾਂਗਾ, ਸਿਰਫ ਫੋਟੋਆਂ ਖਿਚਾਉਣ ਜੋਗੇ ਨਿਕਲੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਐਮ ਪੀ ਦਾ ਮਤਲਬ ਕੀ ਹੈ। ਅਤੇ ਸਿਰਫ ਸਾਨੂੰ ਉਮੀਦ ਹੈ ਸਰਦਾਰ ਮੈਂਸ ਤੁਹਾਡੇ 'ਤੇ, ਕਿਉਂਕਿ ਤੁਸੀਂ ਹੀ ਸਮਝਾ ਸਕਦੇ ਹੋ ਕਿ ਮੈਂਬਰ ਪਾਰਲੀਮੈਂਟ ਹੁੰਦਾ ਕੀ ਹੈ, ਕੀ ਜ਼ਰੂਰਤ ਹੈ। ਜਿਹੜੇ ਪੁੱਲ ਪਿਛਲੇ 10 ਸਾਲਾਂ ਤੋਂ ਨਹੀਂ ਬਣੇ, ਸਾਨੂੰ ਪੂਰੀ ਉਮੀਦ ਹੈ ਮੈਂਸ ਸਾਹਿਬ, ਤੁਸੀਂ 10 ਮਹੀਨਿਆਂ ਦੇ ਵਿੱਚ ਬਣਾ ਕੇ ਰੱਖੋ। ਤੁਸੀਂ ਉਮੀਦ ਹੋ ਹਰ ਉਸ ਕਾਰੋਬਾਰੀ ਲਈ ਜਿਹੜਾ ਕਿ ਪਿਛਲੇ 20-25 ਸਾਲਾਂ ਤੋਂ ਏਅਰਪੋਰਟ ਦੀ ਕਨੈਕਟੀਵਿਟੀ ਲੱਭਦਾ ਰਿਹਾ, ਪਰ ਪਿਛਲੇ 20-25 ਸਾਲਾਂ ਤੋਂ ਮਿਲਿਆ ਕਿ ਸਿਰਫ ਅਤੇ ਸਿਰਫ ਲੋਲੀਪੋਪ, ਕੋਈ ਏਅਰਪੋਰਟ ਦੀ ਕਨੈਕਟੀਵਿਟੀ ਨਹੀਂ। ਕੋਈ ਬੰਬੇ ਜਾਣਾ ਹੋਵੇ, ਬੈਂਗਲੌਰ ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਬਾਹਰ ਜਾਣਾ ਹੋਵੇ, ਲੁਧਿਆਣੇ ਵਰਗਾ ਸ਼ਹਿਰ ਜਿਹਨੂੰ ਮੈਨਚੈਸਟਰ ਆਫ ਇੰਡੀਆ ਕਿਹਾ ਗਿਆ, ਉਹਦੇ ਕੋਲ ਏਅਰਪੋਰਟ ਕਨੈਕਟੀਵਿਟੀ ਨਹੀਂ। ਕਿਉਂ ਨਹੀਂ ਹੈਗੀ? ਕਿਉਂਕਿ ਕੋਈ ਢੰਗ ਦਾ ਐਮ ਪੀ ਨਹੀਂ ਜਿਹੜਾ ਪਾਰਲੀਮੈਂਟ 'ਚ ਇਸ ਮਸਲੇ ਨੂੰ ਚੱਕ ਸਕੇ, ਅਤੇ ਇਹ ਮਸਲਾ ਚੱਕਣ ਵਾਲਾ ਇੱਕੋ ਇੱਕ ਸ਼ੇਰ ਮਰਦ ਹੈ ਅਤੇ ਸਾਡਾ ਬੈਂਸ ਵੀਰਾ। ਮੈਨੂੰ ਪੂਰੀ ਉਮੀਦ ਹੈ ਮੇਰੇ ਵੀਰੇ, ਤੁਸੀਂ ਜਿੱਤ ਕੇ ਅਤੇ ਇਹ ਸਾਰੇ ਕੰਮ ਜਿਹੜੇ ਕਰਾਉਣੇ ਹਨ। ਬੁੱਢਾ ਦਰਿਆ ਜਿਹੜਾ ਕਿ ਪ੍ਰਦੂਸ਼ਿਤ ਹੈ, ਬੁੱਢਾ ਦਰਿਆ ਹੀ ਨਹੀਂ ਪ੍ਰਦੂਸ਼ਿਤ, ਜਿਹੜੀ ਅਫਸਰਸ਼ਾਹੀ ਪ੍ਰਦੂਸ਼ਿਤ ਹੈ ਭ੍ਰਿਸ਼ਟਾਚਾਰ ਦੇ ਨਾਲ, ਅਤੇ ਜਿਹੜੀ ਕਿ ਸਿਰਫ ਅਤੇ ਸਿਰਫ ਡਰਦੀ ਹੈ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਜ਼ੁਰਤ ਤੋਂ, ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਦਮ ਤੋਂ। ਅਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਜਿੱਤ ਕੇ ਅਤੇ ਸਾਡੇ ਲੁਧਿਆਣੇ ਸ਼ਹਿਰ ਦਾ ਨਕਸ਼ਾ ਪਲਟ ਕਰਕੇ ਰੱਖ ਦੋਗੇ। ਅਤੇ ਨਾਲੇ ਮੈਂ ਅਪੀਲ ਕਰਦਾ ਲੁਧਿਆਣੇ ਦੀ ਸਾਰੀ ਜਨਤਾ ਨੂੰ, ਮੇਰੇ ਵੀਰੋ, ਮੇਰੇ ਦੋਸਤੋਂ, ਹੱਥ ਜੋੜ ਕੇ ਬੇਨਤੀ ਹੈ, ਇਹ ਮੌਕਾ ਵਾਰ ਵਾਰ ਨਹੀਂ ਦੇਣਾ। ਜੇ ਤੁਸੀਂ ਆਪਣੇ ਲੁਧਿਆਣੇ, ਜੇ ਤੁਸੀਂ ਧੱਕੇ ਨਹੀਂ ਖਾਣਾ ਚਾਹੁੰਦੇ, ਜੇ ਟ੍ਰੈਫਿਕ ਜਾਮਾਂ 'ਚ ਫਸਣਾ ਨਹੀਂ ਚਾਹੁੰਦੇ, ਜੇ ਏਅਰਪੋਰਟ ਦੀ ਕਨੈਕਟੀਵਿਟੀ ਚਾਹੁੰਦੇ ਹੋ, ਜੇ ਭ੍ਰਿਸ਼ਟਾਚਾਰ ਤੋਂ ਮੁਕਤੀ ਚਾਹੁੰਦੇ ਹੋ, ਜੇ ਅਫਸਰਾਂ ਦੇ ਦਿਲ 'ਚ ਕੋਈ ਡਰ ਚਾਹੁੰਦੇ ਹੋ, ਜੇ ਆਪਣੇ ਕੰਮ ਕਰਵਾਉਣਾ ਚਾਹੁੰਦੇ ਹੋ, ਜੇ ਤੁਹਾਨੂੰ ਲੱਗਦਾ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋ, ਸਾਫ਼ ਸੁਥਰੀ ਆਬੋ ਹਵਾ ਦੇ ਤੁਹਾਨੂੰ ਹੱਕ ਹੈ, ਅਤੇ ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ ਉਮੀਦ ਦੀ ਕਿਰਨ ਹੈ, ਸਰਦਾਰ ਸਿਮਰਜੀਤ ਸਿੰਘ ਬੈਂਸ। ਮੈਂ ਕੋਈ ਹੱਥ ਗੱਲ ਹੋਰ ਮੈਂ ਕਹਿਣਾ ਚਾਹਾਂਗਾ, ਮੈਂ ਕੋਈ ਪੋਲੀਟੀਕਲ ਨਹੀਂ ਹਾਂ, ਬਿਲਕੁਲ ਪੋਲੀਟੀਕਲ ਨਹੀਂ ਹਾਂ, ਮੈਂ ਤਾਂ ਇੱਕ ਆਮ ਆਦਮੀ ਹਾਂ। ਮੇਰੇ ਅੰਦਰੋਂ ਆਵਾਜ਼ ਹੈ ਕਿ ਜਿੱਤਣਾ ਚਾਹੀਦਾ, ਅਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਹੱਥ ਜੋੜਨ ਵਾਲੇ ਹਨ, ਜਿਹੜੇ ਫੋਟੋਆਂ ਖਿੱਚਾ ਹੱਥ ਜੋੜ ਜੋੜ ਕੇ ਪਿਛਲੇ 10 ਸਾਲਾਂ ਤੋਂ ਬਣੇ, ਉਹਨਾਂ ਨੇ ਕੁਛ ਨਹੀਂ ਕੀਤਾ। ਆਪ ਸਾਰਿਆਂ ਨੂੰ ਪਤਾ, ਕਾਂਗਰਸੀਆਂ ਨੂੰ ਪਤਾ, ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਛੱਡ ਦਿਓ ਉਹਨੂੰ, ਅਤੇ ਆ ਜਾਓ ਇੱਥੇ ਸਰਦਾਰ ਬੈਂਸ ਨੂੰ ਵੋਟ ਪਾਈਓ। ਬੀਜੇਪੀ ਵਾਲਿਆਂ ਨੂੰ ਪਤਾ ਵੀ ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਉਹਨਾਂ ਨੂੰ ਤਾਂ ਉਹਨਾਂ ਦੇ ਘਰਦਿਆਂ ਦੇ ਵੋਟਾਂ ਨਹੀਂ ਪਾਉਣੀਆਂ, ਤੁਸੀਂ ਕਾਹਦੇ ਲਈ ਪਾਉਂਦੇ ਹੋ? ਆ ਜਾਓ ਇੱਧਰ ਸਰਦਾਰ ਬੈਂਸ ਨੂੰ ਵੋਟ ਪਾ ਕੇ ਜਿਤਾਓ। ਅਤੇ ਬੇਨਤੀ ਆਪ ਜਿਹੜੇ ਸਾਰਿਆਂ ਨੂੰ ਹੱਥ ਜੋੜ ਕੇ, ਅਤੇ ਸਰਦਾਰ ਬੈਂਸ ਵੀਰੇ, ਲਾ ਲਓ ਆਪਣਾ ਪੂਰਾ ਜ਼ੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।